ਮੇਰਾ ਨਾਮ ਮਸਾਦ ਹੈ। ਅੱਛਾ ਤੇ ਜਦੋਂ ਪੰਜਾਬ ਦੀ ਵੰਡ ਹੋਈ ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਉਮਰ ਮੇਰੀ 20 ਸਾਲ 21 ਸਾਲ ਤਕਰੀਬ, ਯਾਨੀ ਇੱਥੋਂ ਤੂੰ ਹਿਸਾਬ ਲਾ ਲਾ ਕਿ ਮੈਂ ਵਰਜਿਸ਼ ਵੀ ਕਰਦਾ ਸਾਂ ਤੇ ਅੱਛਾ ਅੱਜ ਵੀ ਵਿਖਣਾ ਵਰਜਿਸ਼ ਦੇ ਨਿਸ਼ਾਨ ਨੇ। चार मरबे जमीन सी, दूसरा थे लद्दू सी, उथों तुर पैंदी सी ते उस पिंड दी ना थे लद्दू है जिहड़ा, ਉਹਦੀ ਮਸਜਿਦ ਜਿਹੜੀ ਸੀ ਉਹ ਸਾਡੀ ਜ਼ਮੀਨ ਦੇ ਵਿੱਚ ਸੀ। ਇੰਨਾ ਕੁ ਫਰਕ ਸੀ ਚਾਰ ਮਰਬੇ ਦਾ। ਉਹ ਨਾਲ ਮਿਲੇ ਉੱਥੇ ਸਿੱਖ ਵੀ ਆਏ ਸੀ ਅਤੇ ਮੁਸਲਮਾਨ ਵੀ ਆਏ। ਅਤੇ ਸਾਰੇ ਕਿਵੇਂ ਰਹਿੰਦੇ ਸੀ ਆਪਸ ਵਿੱਚ, ਮਿਲਣਾ ਬੜਾ ਕੈਸੇ? ਬੜਾ ਬੇਟੇ ਬੜਾ ਹੀ ਮਿਲਵਰਤਨ ਸੀ, ਕੋਈ ਕਿਸੇ ਨੂੰ ਨਹੀਂ ਸੀ ਪਤਾ ਸਿੱਖ ਕੌਣ ਹੈ। ਅਸੀਂ ਬਹਰਹਾਲ ਜਿਵੇਂ ਉਹ ਦੀਵਾਲੀ ਨਾ ਬਣਾ ਕੇ ਆਟੇ ਦੀਆਂ ਬਣਾ ਕੇ ਨਾ ਦੀਵੇ ਬੱਤੀਆਂ ਉਹਨਾਂ ਵਿੱਚ ਮਿੱਟੀਆਂ ਪਾ ਕੇ ਤੇਲ ਪਾ ਕੇ ਅਤੇ ਚਾਰ ਚੁਫੇਰੇ ਰਾਤ ਨੂੰ ਜਦੋਂ ਦੀਵਾਲੀ ਹੁੰਦੀ ਸੀ ਜਦੋਂ ਉਦੋਂ ਫਿਰ ਉਸ ਬਨਿਆਰਿਆਂ ਦੇ ਉੱਤੇ ਰੱਖਣੀਆਂ ਅਤੇ ਉਹਨਾਂ ਬੜੀਆਂ ਪਿਆਰੀਆਂ ਅਤੇ ਲੱਗਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਸਲਾਮ ਸਾਰਿਆਂ ਨੂੰ। ਮੈਂ ਪਰਮਿੰਦਰ ਸਿੰਘ, ਜਿਵੇਂ ਸਾਂਝਾ ਪੰਜਾਬ ਤੋਂ। ਅੱਜ ਅਸੀਂ ਤੁਹਾਨੂੰ ਚੜ੍ਹਦੇ ਪੰਜਾਬ ਦੇ ਪਿੰਡ, ਜਿਸ ਦਾ ਨਾਮ ਭਾਈ ਲੱਦੂ ਹੈ, ਤਰਨ ਤਾਰਨ ਤਹਿਸੀਲ ਪੱਟੀ ਦੇ ਲਾਗੇ ਹੈ, ਇਹ ਪਿੰਡ ਦਿਖਾ ਰਹੇ ਹਾਂ। ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਇਸ ਪਿੰਡ ਵਿੱਚ ਮੁਸਲਮਾਨ ਹੀ ਰਹਿੰਦੇ ਸਨ। ਮੁਹੰਮਦ ਸਦੀਕ ਜੀ ਨੇ ਆਪਣੇ 20 ਸਾਲ ਦੀ ਉਮਰ ਇਸੇ ਪਿੰਡ ਵਿੱਚ ਬਿਤਾਈ ਅਤੇ ਹੁਣ ਲਹਿੰਦੇ ਪੰਜਾਬ ਦੇ ਪਿੰਡ ਵਤਨਾਂ ਦੇ ਵਿੱਚ ਜਾ ਕੇ ਵਸ ਗਏ ਨੇ। ਮੁਹੰਮਦ ਸਦੀਕ ਜੀ ਆਪਣੇ ਪਿੰਡ ਬਾਰੇ ਆਪ ਦੱਸ ਰਹੇ ਨੇ ਔਰ ਅਸੀਂ ਆਪਣੇ ਚੈਨਲ ਜਿਵੇਂ ਸਾਂਝਾ ਪੰਜਾਬ ਦੇ ਰਾਹੀਂ ਉਹਨਾਂ ਦਾ ਪਿੰਡ ਦਿਖਾ ਰਹੇ ਹਾਂ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਤੁਹਾਡਾ? ਅਲਹਮਦੁਲਿਲਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮਸਾਦਿਕ। ਅੱਛਾ ਤੇ ਜਦੋਂ ਪੰਜਾਬ ਦੀ ਵੰਡ ਹੋਈ ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਉਮਰ ਮੇਰੀ 20 ਸਾਲ 21 ਸਾਲ ਤਕਰੀਬ, ਯਾਨੀ ਇੱਥੋਂ ਤੂੰ ਹਿਸਾਬ ਲਾ ਲਾ ਕਿ ਮੈਂ ਵਰਜਿਸ਼ ਵੀ ਕਰਦਾ ਸਾਂ ਤੇ ਅੱਜ ਵੀ ਵਿਖਣਾ ਵਰਜਿਸ਼ ਦੇ ਨਿਸ਼ਾਨ ਨੇ। ਕਿੰਨਾ ਵੀ ਕਮਜ਼ੋਰ ਹੋ ਜਾ ਕਬਰ 'ਚ ਜਾ ਕੇ ਮਿਲਣੇ। ਅੱਛਾ ਤੇ ਤੁਹਾਨੂੰ ਫਿਰ ਆਪਣੇ ਪਿਛੋਕੜ ਜਿਹੜਾ ਤੁਹਾਡਾ ਪਿੰਡ ਹੈ ਉਹਦਾ ਨਾਂ ਦੱਸੋ ਸਾਨੂੰ। ਉਹਦਾ ਨਾਂ ਭਾਈ ਲੱਦੂ। ਭਾਈ ਲੱਦੂ। ਭਾਈ ਲੱਦੂ। ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਲਾਹੌਰ। ਅੱਛਾ ਜ਼ਿਲ੍ਹਾ ਲਾਹੌਰ। ਤਹਿਸੀਲ ਕਸੂਰ। ਅੱਛਾ ਤੇ ਤੁਹਾਨੂੰ ਤੁਹਾਡੇ ਉਸ ਪਿੰਡ ਦੀ ਕੁਛ ਗੱਲਾਂ ਯਾਦ ਨੇ, ਬਚਪਨ ਤੁਹਾਡਾ ਉੱਥੇ ਗੁਜ਼ਰਾ? ਹਾਂ। ਸਾਡੇ ਨਾਲ ਅੱਜ ਆਪਣੇ ਬਚਪਨ ਦੀ ਗੱਲਾਂ ਸਾਂਝੀਆਂ ਕਰੋ। ਬਿਲਕੁਲ ਸਹੀ ਹੈ ਜੀ। ਦੱਸੋ ਸਾਨੂੰ ਉਹ ਤੁਹਾਡੇ ਪਿੰਡ 'ਚ ਜ਼ਿਆਦਾ ਤਾਦਾਦ ਸਿੱਖਾਂ ਦੀ ਸੀ, ਹਿੰਦੂਆਂ ਦੀ ਜਾਂ ਮੁਸਲਮਾਨਾਂ ਦੀ? ਨਾ ਉੱਥੇ ਕੋਈ ਸਿੱਖ ਸੀ ਨਾ ਕੋਈ ਹਿੰਦੂ ਸੀ, ਸਿਰਫ ਮੁਸਲਮਾਨ। ਸਿਰਫ ਮੁਸਲਮਾਨ ਸੀ ਜਾਂ ਉਦੋਂ ਚੂੜੇ ਆਉਂਦੇ ਸਨ, ਹੁਣ ਤਾਂ ਸਾਈ ਹੈ ਨਾ,
उदों साई नहीं सी हुंदे, सिर्फ चूड़े उन्हां नूं कहा दे, वो गोहा सुट्टण वास्ते ये धड़ां जिहड़ियां अडाउण वास्ते, यानी उदों ते फलियां नाल गाईदी सी ना कणक, हैं फलियां नाल कणक गाई सी, वो फिर धड़ां डाह के ते दाणे वखरे करदे हुंदे सी ते तूड़ी वखरी करदे हुंदे। अच्छा, ते पिंड दे वड्डे कोई मेले वी हुंदे सी? मेला बड़ा वड्डा हुंदा सी। केड़ा मेला हुंदा सी? ओ ऐसी मेला हुंदा सी करियाले, बाबे गाईयां जे दाए काने बैठे ना जिहड़े गाई, हाँ वो गाई वाला मेला बड़ा वड्डा, यानी दिल्ली तक उत्थे दुकाना होंदियां हुंदियां। ते किन्ने दिन दा हुंदा सी? वो अठ दिन दा हुंदा सी। अठ दिन दा मेला? जी हाँ। अच्छा, ते उत्थे मतलब सिर्फ मुसलमान ही रहंदे सी तुहाडे पिंड च? हाँ, साडे पिंड। वैसे कोई सरदारां नाल सी मिलन जुलना? बड़ा वेखो ना, ये साडी चार मरबे जमीन सी, वो दूसरा थे लद्दू सी, वो उत्थों तुर पैंदी सी, ते वो उस पिंड दी ना थे लद्दू है जिहड़ा, उहदी मस्जिद जिहड़ी सी साडी जमीन दे विच सी, इन्ना क फर्क सी चार मरबे दा। वो नाल मिल उत्थे सिख भी आए सी ते मुसलमान भी आए सी, ते सारे किवें रहिंदे सी आपस च मिलना बड़ा मिल, कैसे सी? बड़ा बेटे बड़ा ही मिलवरतन सी, कोई किसी नूं नहीं सी पता सिख कौन है। असी बाहर जिवें वो दिवाली ना बना के आटे दियां, आटे दियां बना के ना देवे बत्तियां, उन्हां विच मट्टियां पा के तेल पा के ते चार चफेरे रात नूं जो दिवाली हुंदी सी जदों, उदों फिर उस बनियारियां दे उत्ते रखनियां ते उन्हां बड़ियां प्यारियां ते लगना, यानी रल के चलदे सां, रल के नहीं सिख साडे घरों गोश्त खांदे सी। अच्छा। लेकिन कट्टा बच्छा नहीं। हाँ, हाँ। बकरे दा, कुकड़ दा, ये चीज़ां खांदे, असीं भी खांदे सां जदों वो पणाउंदे सी ना, मिलवरतन सी ना, लागे लागे पै गया वी उन्हां दा आउणा ना, जदों वो कुणका कहिंदे सी आपां दे हलवा कहिंदे आ ना, वो कुणका कहिंदे सी उहनूं। अच्छा। ਅਤੇ ਉਹ ਨਾ ਆਉਣਾ ਅਤੇ ਅਸੀਂ ਇੱਕ ਦੂਜੇ ਨਾਲ ਰਲ ਕੇ ਖਾਂਦੇ ਰਹੇ। ਅੱਛਾ ਅੱਛਾ, ਅਤੇ ਸ਼ਾਦੀ ਵਿਆਹਾਂ 'ਤੇ ਵੀ ਕੋਈ ਮਿਲਣ ਵਰਤਨ ਸੀ ਬੜਾ ਨਾਲ? ਬੜਾ ਮਤਲਬ ਉਹ ਕੀ ਕਹਿੰਦੇ ਨੇ, ਨਿਉਂਦਰਾ ਪਾ? ਨਿਉਂਦਰਾ ਭਾਜੀ, ਬਿਲਕੁਲ ਬਿਲਕੁਲ, ਨਿਉਂਦਰਾ ਭਾਜੀ ਬਿਲਕੁਲ, ਯਾਨੀ ਤੈਨੂੰ ਦੱਸਿਆ ਕਿ ਇਹ ਅਸੀਂ ਉਹਨਾਂ ਦਾ ਝਟਕਾ ਨਹੀਂ ਖਾਣਾ, ਉਹਨਾਂ ਸਾਨੂੰ ਕੁੱਕੜ ਦੇਣਾ, ਜਿਵਾ ਕਰੋ ਅਤੇ ਪਕਵਾ ਲਓ ਸਾਡੀ ਆਪਣੀ ਕੋਲੋਂ, ਉਹ ਅਸੀਂ ਖਾਣਾ, ਯਾਨੀ ਉਹ ਤਾਂ ਆਪਾਂ ਤਾਂ ਜ਼ਿਬਾ ਕਰਦੇ ਹਾਂ ਨਾ, ਉਹ ਸਿਰਫ ਉੱਤੋਂ ਬਸ ਝਟਕਾ ਕਰਦੇ, ਹਾਂ ਉਹਨਾਂ ਦਾ ਉਹ ਆਲਾ ਹੀ ਹੈ। ਅੱਛਾ, ਅਤੇ ਤੁਹਾਡੇ ਕੋਈ ਸਰਦਾਰ ਵਗੈਰਾ ਦੋਸਤ ਹੁੰਦੇ ਸੀ? ਸਰਦਾਰ ਮੇਰਾ ਉਦੋਂ ਅਸੀਂ ਪੜ੍ਹਦੇ ਹੁੰਦੇ ਸਾਂ, ਕੋਈ ਦੋ ਕੁ ਮੀਲ 'ਤੇ ਪਿੰਡ ਸੀ ਸਾਡਾ ਜਿਹੜਾ ਕਲਸੀਆਂ ਕਲਾਂ ਸੀ, ਉਹ ਰਾਜੇ ਦਾ ਪਿੰਡ ਸੀ, ਉੱਥੇ ਹਰ ਇੱਕ ਦੀ ਪੈਰੀ ਸੀ ਥੋੜ੍ਹੀ ਥੋੜ੍ਹੀ ਥੋੜ੍ਹੀ, ਲੁਹਾਰ, ਤਰਖਾਣ, ਮੋਚੀ, ਢੇਲੀ, ਜੇ ਬੋ, ਉਹਦੇ ਵਿੱਚੋਂ ਹੀ ਅਸੀਂ ਮਰੂਸ ਹਾਂ। ਉਹ ਸਨ ਦੋ ਭਰਾ, ਕਰਨ ਅਤੇ ਕਰਮ, ਅਜੇ ਵੀ ਜਿਹੜਾ ਕਰਨ ਹੈ ਨਾ ਉਹ ਮਾਲਵੇ 'ਚ ਰਹਿੰਦਾ, ਕਰਨ ਜਿਹੜਾ ਉਹ ਮੁਸਲਮਾਨ ਹੋ ਗਿਆ। ਉਸ ਜਦੋਂ ਰਾਜੇ ਰਣਜੀਤ ਸਿੰਘ ਤੋਂ ਫੌਰੀ ਤੌਰ ਬਾਅਦ, ਰਾਜਾ ਰਣਜੀਤ ਸਿੰਘ ਤਾਂ ਇੱਥੇ ਗੁਜਰਾਤ ਦਾ ਹੈ ਨਾ, ਗੁਜਰਾਂ ਵਾਲੇ ਦਾ, ਅਤੇ ਉਦੋਂ ਦੇ ਅਸੀਂ ਇਹ ਜਿਹੜੇ ਮਿਲਵਰਤਨ, ਇੱਕ ਖੂਹ ਹੁੰਦਾ ਸੀ ਸਾਡਾ, ਮਾਣਨੀ ਮਾਣੀ ਮੇਰੇ ਸਾਹਿਬ, ਤੂੰ ਮੈਂ ਮਾਣਨੀ ਮਾਣੀ ਮੇਰੇ ਸਾਹਿਬ, ਤੂੰ ਮੈਂ ਮਾਣਨੀ ਮਾਣੀ ਮੇਰੇ ਸਾਹਿਬ, ਤੂੰ ਮੈਂ ਮਾਣਨੀ ਮਾਣੀ ਮੇਰੇ ਸਾਹਿਬ। ਅਰਦਾਸ ਕਰੀ ਕਬ ਆਪਣੇ ਆ ਗਏ, ਅਰਦਾਸ ਕਰੀ ਕਬ ਆਪਣੇ ਆ ਗਏ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਤੂੰ ਮੈਂ ਮਾਣਨੀ ਮਾਣੀ ਮੇਰੇ ਸਾ ਸਾਹਿਬ।
ਇੱਕਾ ਖੂਹ ਸ਼ਰਤ ਸਿੱਖਾਂ ਦੀ ਇਹ ਹੁੰਦੀ ਸੀ ਕਿ ਤੁਸਾਂ ਬੂਕਾ ਜਿਹੜਾ ਪਾਉਣਾ ਹੈ ਉਹ ਇਹਦਾ ਪਾਉਣਾ ਹੈ ਰਬੜ ਦਾ, ਇਹ ਚਮੜੇ ਦਾ ਨਹੀਂ। ਉਹਨਾਂ ਡੋਲ ਪਾਉਣਾ, ਉਹਨਾਂ ਇੱਕ ਬੰਨਿਓ ਉਹਨਾਂ ਨਹਾਈ ਜਾਣਾ, ਇੱਕ ਬੰਨਿਓ ਇਧਰੋਂ ਪਾਣੀ ਪੀਓ, ਜੋ ਮਰਜ਼ੀ ਕਰੋ, ਰਲ ਕੇ ਹੀ ਪਾਣੀ ਪੀਣਾ। ਯਾਨੀ ਖੂਹ ਹੀ ਇੱਕ ਸੀ। ਖੂਹ ਦਾ ਨਾਂ ਕੀ ਸੀ? ਖੂਹ ਦਾ ਨਾਂ, ਖੂਹ ਦਾ ਨਾਂ ਤੇ ਖੂਹ ਹੀ ਸੀ ਨਾ, ਹੁੰਦੇ ਸੀ ਨਾ ਨਾ ਕੋਈ ਵੀ। ਹਾਂ, ਨਹੀਂ 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 ਸਾਤ ਨਾ ਨਾ, ਉਹ ਤੇ ਜਿਹੜੇ ਹਲਟੀ ਵਾਲਾ ਖੂਹ ਗੇੜ ਕੇ ਕੱਢਣ ਵਾਲਾ ਖੂਹ, ਉਹ ਆਮ ਸਿੱਖਾਂ ਦੇ ਸੀ। ਉਹਨਾਂ ਦੇ ਡੇਰਿਆਂ ਵਿੱਚ ਬੋਰਡ ਲਾਉਂਦੇ ਸੀ ਬੜੇ ਸ਼ੌਕ ਨਾਲ, ਜਾਂ ਪਿੱਪਲ ਲਾਉਂਦੇ ਸੀ, ਉਹਦੇ ਥੱਲੇ ਉਹ ਖੂਹ ਬਣਾਉਂਦੇ ਸੀ ਅਤੇ ਐਡੀਆਂ ਐਡੀਆਂ ਟਿੰਡਾਂ ਉਹਦੇ ਵਿੱਚ ਪਾਉਂਦੇ ਸੀ। ਉਹ ਫਿਰ ਉਹਨਾਂ ਉੱਥੇ ਬਹਿ ਕੇ ਅਤੇ ਉਹ ਬੇਟੇ ਜ਼ਮਾਨੇ ਹੋਰ ਸੀ। ਹਰ ਬੰਦੇ ਨੇ ਤੇਲ ਲਾਉਣਾ, ਹਰ ਬੰਦੇ ਨੇ ਵਰਜਿਸ਼ ਕਰਨੀ, ਉੱਥੋਂ ਉਹਨਾਂ ਆਪਣਾ ਸਾਰੀ ਦਿਹਾੜੀ ਤਾਸ਼ ਵੀ ਖੇਡਣੀ ਹੈ, ਜ਼ੋਰ ਕਰਨਾ। ਜਦੋਂ ਵੰਡ ਹੋਈ ਹੈ ਪੰਜਾਬ ਦੀ ਅਤੇ ਆਰਾਮ ਨਾਲ ਆ ਗਏ ਸੀ? ਨਹੀਂ ਜੀ, ਬੜੇ ਔਖੇ ਆ। ਅੱਲਾ ਮਾਫੀ ਦੇ। ਅੱਛਾ, ਉਹ ਜਦੋਂ ਪੰਜਾਬ ਦੀ ਵੰਡ ਹੋਈ ਨਾ ਸੰਨ 47 'ਚ, ਉਦੋਂ ਅਜੀਬੋ ਗਰੀਬ ਸੀ, ਕਿਉਂਕਿ ਚੱਜ ਹੀ ਨਹੀਂ ਸੀ ਕਿਸੇ ਨੂੰ ਕਿ ਇੰਝ ਕਦੀ ਹੋਇਆ ਨਹੀਂ। ਜਾਂ ਨਬੀ ਦੇ ਜ਼ਮਾਨੇ 'ਚ ਹੋਇਆ, ਨਬੀ ਨੇ ਹਿਜਰਤ ਕੀਤੀ ਅਤੇ ਮੱਕੇ ਉਹ ਮਦੀਨੇ ਗਏ ਆ, ਅਤੇ ਜਾਂ ਇਹ ਸੰਨ 47 'ਚ ਉੱਧਰੋਂ ਤੋਂ ਇੱਧਰ ਆਏ ਆ। ਸਾਨੂੰ ਤਾਂ ਇਹ ਉਮੀਦ ਸੀ ਨਾ ਵੀ ਚਲੋ ਸ਼ਾਮ ਨੂੰ ਆ ਜਾਵਾਂਗੇ ਜਾਂ ਦਿਨੇ ਆ ਜਾਵਾਂਗੇ, ਆਉਣਾ ਤਾਂ ਘਰ ਹੀ ਹੈ ਨਾ। ਲੇਕਿਨ ਉਹ ਪੱਕੀ ਵੰਡ ਹੋ ਗਈ ਸੀ, ਸਾਨੂੰ ਉਦੋਂ ਕੋਈ ਇਲਮ ਨਹੀਂ ਸੀ। ਅਤੇ ਦੁੱਖ ਹੋਇਆ ਵੰਡ ਦਾ ਕਿ ਅੱਛੀ ਤਰ੍ਹਾਂ ਚਲੋ ਰਹਿੰਦੇ ਸੀ ਪਿੰਡ ਆਪਣੇ? ਦੁੱਖ ਤਾਂ ਹਕੀਕਤ ਇਹ ਹੈ ਕਿ ਕਈ ਮਹੀਨੇ ਤੱਕ ਅਸੀਂ ਵੱਡੇ ਜਿਹੜੇ ਸਾਂ, ਬੱਚਿਆਂ ਨੂੰ ਕੀ ਲੱਗੇ, ਅਤੇ ਸਾਨੂੰ ਤਾਂ ਨੀਂਦ ਨਹੀਂ ਸੀ ਆਉਂਦੀ। ਜਦੋਂ ਆਏ ਹਾਂ, ਅਸੀਂ ਆਏ ਹਾਂ ਜਿਸ ਵੇਲੇ ਉਹ ਪਤਾ ਲੱਗਾ ਵੀ ਇਹ ਹਿੰਦੁਸਤਾਨ ਬਣ ਗਿਆ, ਅਸੀਂ ਉੱਥੋਂ ਭਾਡਿਆਂ 'ਚ ਬਰਨਾਲੇ ਚਲੇ ਗਏ। ਬਰਨਾਲੇ ਜਾ ਕੇ ਉੱਥੇ ਖਾਣਾ ਬਾਣਾ ਖਾਧਾ, ਅਤੇ ਫਿਰ ਉੱਥੋਂ ਪਤਾ ਲੱਗਾ ਵੀ ਇਹ ਘਰਿਆਲੇ ਸਾਰੇ ਇਕੱਠੇ ਹੋ ਰਹੇ ਨੇ। ਘਰਿਆਲਾ ਜਿਹੜਾ ਬਾਬੇ ਸ਼ੇਰ ਸ਼ਾਹ ਵਲੀ ਦਾ ਮੇਲਾ ਹੁੰਦਾ ਸੀ, ਅੱਜ ਵੀ ਗਾਈਆਂ ਤਾਂ ਤੁਸੀਂ ਹੁਣ ਵੀ ਵੇਖੀਆਂ ਹੋਣੀਆਂ। ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਪਾਕਪਤਨ। ਪਾਕਪਤਨ ਬਾਬੇ ਫਰੀਦ ਦੇ? ਮਾਸ਼ਾਅੱਲਾ। ਅੱਛਾ, ਉਹ ਫਿਰ ਅਸੀਂ ਉੱਥੇ ਚਲੇ ਗਏ। ਕੋਈ ਦੁਨੀਆ ਸੀ, ਕੋਈ ਹਿਸਾਬ ਹੀ ਨਹੀਂ ਸੀ, ਇੰਨੀ ਦੁਨੀਆ ਸੀ। 4-5 ਪਿੰਡ, ਘਰਿਆਲਾ ਵੀ, ਬਰਨਾਲਾ ਵੀ, ਇਹ ਭਾਈ ਲੱਡੂ ਵੀ, ਲੱਡੂ ਥੇ ਵੀ, ਕਲਸੀਆਂ ਵੀ, ਇਕੱਠੇ ਉੱਥੇ ਹੋਏ। ਉਹ ਉਮੀਦ ਚੱਲੀ ਕਿ ਅੰਮ੍ਰਿਤਸਰੋਂ ਗੱਡੀ ਆਉਣੀ, ਉਹਦੇ 'ਤੇ ਚੜ੍ਹ ਕੇ ਜਾਣਾ। ਅਗਰ ਅਸੀਂ ਖੁਦਾ ਨਾ ਖਾਸਤਾ ਮੁਕੱਦਰ ਚੰਗੇ ਹੁੰਦੇ ਤਾਂ ਅਸੀਂ ਜਿੰਨਾ ਪਰਾਂ ਨੂੰ ਗਏ ਸਾਂ, ਉਹਨਾਂ ਹੀ ਜਿੰਨਾ ਘਰਿਆਲਾ ਸੀ ਉਹਨਾਂ ਹੀ ਸਾਨੂੰ ਸਰਹੱਦ ਸੀ, ਦੂਰ ਕੋਈ ਨਹੀਂ ਸੀ। ਉਹਨਾਂ ਨੂੰ ਆ ਜਾਂਦੇ, ਅਸੀਂ ਮਾਲ ਵੀ ਲਿਆਉਂਦੇ, 40-45 ਡੰਗਰ ਸਨ, ਮੱਝਾਂ, ਬਲਦ, ਘੋੜੀ ਤੱਕ ਨਹੀਂ ਲਿਆ ਸਕੇ। ਉੱਥੇ ਚਲੇ ਗਏ ਅਤੇ ਉੱਥੇ ਪਤਾ ਚੱਲਿਆ ਕਿ ਇਹ ਵੀ ਹਿੰਦੁਸਤਾਨ ਹੋ ਗਿਆ। ਗੱਡੀ ਆਈ ਇਹ ਕੋਈ 12:30-12:30 ਵਜੇ ਲਈ, ਸੀਟ ਕੋਈ ਨਹੀਂ। ਫਿਰ ਉਹਦੇ ਉੱਤੇ ਅੱਲਾ ਹੀ ਜਾਣਦਾ ਕਿ ਸਿਰਾਂ ਉੱਤੇ ਛੱਤ 'ਤੇ, ਅਤੇ ਉਹ ਜਿੱਥੇ ਬੋਗੀਆਂ ਮਿਲਦੀਆਂ ਉਹਦੇ ਉੱਤੇ ਲੀੜਿਆਂ ਨਾਲ ਬੰਨ੍ਹ ਬੰਨ੍ਹ ਕੇ ਬਾਬਿਆਂ ਨੂੰ ਜਾਂ ਪਤਾ ਨਹੀਂ ਕੀ ਹੋਇਆ ਉਹਦੇ 'ਤੇ ਚੜ੍ਹੇ ਹਾਂ। ਜਿਉਂ ਉੱਥੋਂ ਚੱਲਿਆ, ਹਿਸਾਬ ਲਾ ਲਾ ਕਿ ਅਸੀਂ ਉਹ ਘਰਿਆਲਿਓਂ ਚੜ੍ਹੇ ਹਾਂ। ਘਰਿਆਲਾ ਅਤੇ ਕਸੂਰ ਦਾ 12-13 ਮੀਲ ਦਾ ਸਿਰਫ ਫਲ, ਉੱਥੋਂ ਅਸੀਂ ਰਾਤ ਦੇ 11 ਵਜੇ ਆਣ ਕੇ ਕਸੂਰ ਲੱਗੇ। ਉੱਥੋਂ ਰਾਤ ਰਾਤ ਚੱਲ ਕੇ ਅਤੇ ਫਿਰ ਅਸੀਂ ਇੱਥੇ ਲਖਨੇ ਕੀ ਆਏ ਹਾਂ। ਲਖਨੇ ਕੀ ਵੀ ਹੁਣ ਕੀ ਇੱਥੇ ਕਰੀਏ, ਫਿਰ ਦਾਏ ਬਾਏ ਕਰਦੇ ਕਰਾਉਂਦੇ। ਸਾਡੇ ਇਹ ਲੱਦੇ ਕੀ ਨਾ, ਜੇ ਇੱਥੇ ਕੋਈ ਰਿਸ਼ਤੇਦਾਰੀ ਸੀ, ਸਾਡਾ ਪਿਓ ਇੱਥੇ ਆਉਂਦਾ ਜਾਂਦਾ ਰਹਿੰਦਾ ਸੀ, ਘੋੜੀ 'ਤੇ ਆਉਣਾ ਅਤੇ ਵਾਪਸ ਵੀ ਚਲੇ ਜਾਣਾ, ਐਡੀ ਦੂਰ ਕੋਈ ਨਹੀਂ, 25-26 ਮੀਲ ਪੈਂਦਾ ਸਾਰਾ। ਅਤੇ ਇੱਥੇ ਫਿਰ ਅਸੀਂ ਉਦੋਂ ਦੇ ਆਣ ਕੇ ਬਹਿ ਗਏ ਹਾਂ। ਅਤੇ ਜ਼ਿਆਦਾ ਨੁਕਸਾਨ ਜਿਹੜਾ ਉਹ ਭੋਜੀਆਂ ਪਿੰਡ ਹੈ ਜਿਹੜਾ, ਉਹਦਾ ਹੋਇਆ ਸੀ। ਯਾਦ ਆਉਂਦੀ ਪਿੰਡ ਦੀ? ਬੜੀ ਯਾਦ ਆਉਂਦੀ, ਦੇਖਣ ਦਾ ਚਾਹ ਬੜਾ ਚਾਹ। ਅਤੇ ਅਗਰ ਅਸੀਂ ਤੁਹਾਨੂੰ ਤੁਹਾਡਾ ਵਿਖਾਈਏ ਪਿੰਡ, ਹਾਂ ਤਾਂ ਬੜੀ ਅੱਛੀ ਗੱਲ ਹੈ, ਬੜੀ ਅੱਛੀ ਗੱਲ। ਉੱਥੇ ਦੇ ਹੁਣ ਜਿਹੜੇ ਮੁੰਡੇ ਮੇਰੇ ਨਾਲ ਪੜ੍ਹਦੇ ਹੁੰਦੇ ਸੀ, ਉਹਨਾਂ ਦੇ ਮੈਨੂੰ ਨਾਮ, ਦੋਸਤਾਂ ਦੇ ਨਾਮ ਦੱਸੋ। ਦੋਸਤਾਂ ਦੇ ਇੱਕ ਤੇਜਾ ਹੁੰਦਾ ਸੀ, ਤੇਜਾ ਸਿੰਘ। ਤੇਜਾ ਸਿੰਘ ਬੜਾ ਜਵਾਨ ਸੀ ਅਤੇ ਮੇਰਾ ਚਾਚਾ ਵੀ ਬੜਾ ਜਵਾਨ ਸੀ। ਉਹ ਕੁਸ਼ਤੀ ਉੱਥੇ ਮੈਚ ਪਿਆ ਸੀ, ਰੇਸ਼ਮ ਸਿੰਘ। ਕਿੱਥੋਂ ਕਿੱਥੇ ਰਹਿੰਦੇ ਸੀ ਉਹ ਭਾਈ? ਥੇ ਜਿਹੜਾ ਲੱਡੂ ਥੇ ਆ, ਉੱਥੇ ਰਹਿੰਦੇ ਸੀ। ਅੱਛਾ, ਹਾਂ ਠੀਕ ਹੈ। ਇਹ ਹੁਣ ਪਤਾ ਨਹੀਂ, ਇਹ ਜਿਹੜਾ ਤੇਜਾ ਸਿੰਘ ਹੈ ਨਾ, ਇਹ ਤਾਂ ਸਾਡੇ ਨਾਲੋਂ ਵੱਡਾ ਸੀ, ਸ਼ਾਇਦ ਮਰ ਗਿਆ ਹੋਵੇ। ਇਹ ਜਿਹੜਾ ਰੇਸ਼ਮ ਸਿੰਘ ਹੈ ਨਾ, ਇਹ ਅਜੇ ਮੇਰਾ ਖਿਆਲ
चलो ठीक है, असीं कोशिश करांगे तुहाडी ओ वीडियो वेखण। ए जिथे रहिंदे आ ना ये दोवें, ये असीं भाई लद्दू थे, इत्थे कब्रस्तान सी दोवां पिंडां दा, छोटे छोटे पिंड सी, एडे वड्डे पिंड नहीं सी, ते साडा सी भाई लद्दू, इत्थे ना कोई खतरी सी ना कोई सिख, वो भाई लद्दू सी, साडा पड़दादा जिहड़ा सी उह लद्दा सी, ओहदे नां ते फिर लद्दे तो विकड़ के ते भाई लद्दू बण गए। अच्छा, ते तुसी इस पिंड आ के वसे या किसी होर पिंड गए सी फिर इत्थे आए? इस पिंड असी फिरे ते बड़े पिंड गए, पांडुकियां तो परां पिंड किला है दफतू, दफतू भी असी चेक किया, वो भी बड़ा सिखां दा बड़ा जमाना सी, ते सिखां दे अजे भी साढ़े साढ़े भाई साढ़े पिंड दे अजे भी उत्थे कोई लोग है। अच्छा। लेकिन असीं सहारा लिया कि ये लद्दे कि साढ़े रिश्तेदार सी। अच्छा। बहरहाल चलो अल्लाह करे ते मांगे पए ते ਇੱਥੇ ਆਣ ਕੇ ਜਿਉਂ ਅਸੀਂ ਫਿਰ ਇੱਥੇ ਆ ਗਏ, ਅਸੀਂ ਫਿਰ ਇੱਥੋਂ ਨਹੀਂ ਕਿਤੇ ਗਏ। ਤੁਸੀਂ ਇੱਥੇ ਆਏ ਹੋ, ਇੱਥੇ ਸੀ ਕੋਈ ਸਿੱਖਾਂ ਦੀ ਗੁਰਦੁਆਰੇ ਕੋਈ ਘਰ ਪੁਰਾਣੇ? ਗੁਰਦੁਆਰਾ ਜਿਹੜਾ ਸੀ, ਗੁਰਦੁਆਰਾ ਇਸ ਤਰ੍ਹਾਂ ਸੀ ਕਿ ਹਜ਼ਾਰਾਂ ਦੇ ਹਿਸਾਬ ਨਾਲ ਉਹਦੇ ਵਿੱਚ ਟਾਹਲੀ ਸੀ, 100-150-200 ਨਹੀਂ, ਹਜ਼ਾਰਾਂ ਦੇ ਹਿਸਾਬ ਨਾਲ। ਇਹ ਸਾਹਮਣੇ ਛੱਪੜ 'ਚ ਗੁਰਦੁਆਰਾ ਹੈ, ਅਜੇ ਕੋਈ ਹੈਗੀ ਅਜੇ ਇਮਾਰਤ? ਇਮਾਰਤ ਹੁਣ ਕੋਈ ਨਹੀਂ। ਹੋਰ ਕੋਈ ਪੁਰਾਣੀਆਂ ਇਮਾਰਤਾਂ ਹੈਗੀਆਂ ਨੇ ਇਸ ਪਿੰਡ 'ਚ? ਬੜੀਆਂ ਇਮਾਰਤਾਂ, ਬੜੀਆਂ ਇਮਾਰਤਾਂ ਹੈ ਸਾਡੇ ਲਾਗੇ। ਉਹ ਉਹ ਜਿੱਥੇ ਆਹ ਨਿੰਮ ਹੈ ਨਾ ਜਿਹੜੀ, ਉਸ ਘਰ ਵਿੱਚ ਥੱਲੇ ਖਨਿਕ ਵੀ ਬਣੀ, ਉਹਦੇ ਥੱਲੇ ਉੱਤਰ ਗਈ, ਉਹ ਵੀ ਸਿੱਖਾਂ ਦਾ। ਅੱਛਾ, ਤੁਹਾਨੂੰ ਇਸ ਪਿੰਡ ਆਏ, ਤੁਹਾਨੂੰ ਇੱਥੇ ਦੇ ਕੋਈ ਦੱਸਿਆ ਹੋਇਆ ਇੱਥੇ ਦਾ ਕਿਹੜਾ ਜ਼ਿੰਮੇਦਾਰ ਹੁੰਦਾ ਸੀ, ਕਿਹੜੇ ਸਰਦਾਰ ਰਹਿੰਦੇ ਸੀ, ਕਿਹੜੇ ਮਤਲਬ ਜੱਟ ਇੱਥੇ ਆ ਜਿਹੜਾ ਨਾ ਚੁਬਾਰੇ ਵਾਲਾ? ਹਾਂ, ਇਹ ਵੀ ਉਹ ਸਿੱਖਾਂ ਦਾ ਜ਼ਮਾਨਾ, ਇਹ ਹੈਗਾ ਸੀ ਬਾਬਾ ਜਾਗਰ ਸਿੰਘ, ਇਹ 14 ਮਰੱਬੇ ਦਾ ਮਾਲਕ ਸੀ ਇੱਥੇ ਪਿੰਡ ਦਾ ਸਭ ਤੋਂ ਵੱਡੀ। ਬਹਰਹਾਲ ਸਾਡੇ ਨਾਲ ਉਹ ਸਾਰੇ ਹੀ ਸਿੱਖ ਤਗੜੇ ਸੀ, ਹੈਂ, ਕਿਉਂਕਿ ਸਾਡੀਆਂ ਉੱਧਰ ਜ਼ਮੀਨਾਂ ਥੋੜ੍ਹੀਆਂ ਥੋੜ੍ਹੀਆਂ, ਅਤੇ ਹੁਣ ਵੰਡ ਵੰਡ ਕੇ ਅਤੇ ਹੁਣ ਕੁਛ ਵੀ ਨਹੀਂ, ਤਕਰੀਬਨ ਗੁਜ਼ਾਰਾ ਹੀ। ਅਤੇ ਇਹ ਸਾਰੇ ਜਿੰਨੇ 7-8 ਘਰ ਸੀ ਸਿੱਖਾਂ ਦੇ ਇੱਥੇ, ਜਿਹਦੇ ਵਿੱਚ ਅਸੀਂ ਮੇਰਾ ਖਿਆਲ ਹਜ਼ਾਰਾਂ ਦੀ ਤਾਦਾਦ ਨਾਲ ਬੈਠੇ, ਇਹ ਸਾਰੇ ਹੀ ਬਾਬਾ ਸੀ, ਰੋਟੀ ਖਾਂਦੇ ਸੀ। ਅਜੇ ਵੀ ਸਿੱਖ ਇੱਥੇ ਹੈ ਸਾਡੇ ਪਿੰਡ 'ਚ, ਲੇਕਿਨ ਉਹ ਮੁਸਲਮਾਨ ਹੋ ਗਏ। ਉਹ ਆਉਂਦੇ ਨੇ, ਉਹਨਾਂ ਦੇ ਨਾ ਦੋਸਤ ਇੱਥੇ ਨਨਕਾਣੇ ਜਦੋਂ ਆਉਂਦੇ ਆ ਨਾ ਬਾਬੇ ਗੁਰ, ਨਹੀਂ ਉਹ ਤਾਂ ਪਿੰਡ ਹੀ ਨੇ, ਲੇਕਿਨ ਉਹ ਜਿਹੜੇ ਆਏ ਉਦੋਂ ਆਉਂਦੇ ਆ ਅਤੇ ਮਿਲ ਮੁੜ ਕੇ ਚਲੇ ਜਾਂਦੇ, ਕੋਈ ਮਾਸੀ ਦਾ, ਕੋਈ ਚਾਚੀ ਦਾ, ਕੋਈ ਤਾਈ ਦਾ। ਤੁਸੀਂ ਕੁਛ ਕਹਿਣਾ ਚਾਹੋਗੇ ਆਪਣੇ ਦੋਸਤਾਂ ਦੇ ਨਾਮ ਲੈ ਕੇ, ਉਹਨਾਂ ਨੂੰ ਕੁਛ ਕਿ ਮਿਲਣਾ ਚਾਹੁੰਦੇ ਹੋ, ਕੁਛ ਬੋਲ ਦਿਓ ਤਾਂ ਇਹ ਵੀਡੀਓ ਉਹਨਾਂ ਤੱਕ ਜਾਏਗੀ। ਅੱਛਾ, ਹਾਂਜੀ, ਉਹ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਨਾ ਕਿ ਕੀ ਪਤਾ ਹੈ, 70-75 ਸਾਲ ਹੋ ਗਏ ਆ, ਉਹ ਪਤਾ ਨਹੀਂ ਉਹ ਰੇਸ਼ਮ ਸਿੰਘ ਦਾ ਹੈ ਵੇ, ਅਗਰ ਰੇਸ਼ਮ ਸਿੰਘ ਦਾ ਨਾਂ ਲਿਆ ਜਾਏ ਤੇ ਜੇ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਬੱਚਿਆਂ ਦਾ ਪਤਾ ਵੀ ਅਸੀਂ ਉਹਨਾਂ, ਹਾਂ ਇਹ ਮੁੜ ਕੇ ਆਵੇ ਕਿ ਇੰਨਾ ਮਿਲਵਰਤ ਸੀ ਕਿ ਸਾਡਾ ਮਰਨ ਜਿਉਣ ਉਹਨਾਂ ਦਾ ਇਕੱਠਾ ਸੀ। ਅੱਛਾ, ਸਮੁੰਦਾ, ਟੇਕੂ ਅਤੇ ਸੋਹਣਾ, ਇਹ ਤਿੰਨ ਭਰਾ ਸੀ ਜਿਹੜੇ ਸਾਡੇ ਪਿਓ ਦੇ ਬੜੇ ਗਹਿਰੇ ਦੋਸਤ ਸੀ। ਉਹ ਜਿਹੜਾ ਸਮੰਦਾ ਸੀ ਨਾ, ਉਹਦੀ ਮਾਂ ਮਰ ਗਈ ਸੀ, ਮਾਈ ਮਾਲਾ, ਮੈਂ ਉਹਦੀ ਫਿਰ ਸੀੜੀ ਵੀ ਵੇਖੀ ਸੀ ਉਦੋਂ ਨਿੱਕਾ ਜਿਹਾ ਸੀ, ਮੈਂ ਆਪਣੇ ਪਿਓ ਨਾਲ ਗਿਆ ਸਾ, ਉਹਦਾ ਦੋਸਤ ਸੀ, ਪਿਓ ਮੇਰੇ ਦਾ ਵੀ ਪਰਚਾ ਵਿੱਚ ਸੀ, ਕਿਉਂ ਇਸ ਕਰਕੇ ਕਿ ਸਾਡੀ ਘੋੜੀ ਉਹਨੇ ਲੈ ਕੇ ਬੰਦੇ ਮਾਰੇ, ਉਹ ਵੀ ਮਾਲਵੇ 'ਚੋਂ ਆਇਆ ਸੀ, ਉਹਦੀ ਮਾਂ ਨੇ ਗਲਤ ਛਾਈ ਮਾਰ ਗਿਆ ਸੀ, ਅਤੇ ਜਿਹੜਾ ਸ਼ਰੀਕਾ ਸੀ ਨਾ ਉਹ ਆਉਂਦੇ ਤੂੰ ਸਾਡੇ 'ਤੇ ਚਾਦਰ ਪਾ ਲੈ, ਸਮਝੀ ਨਾ ਚਾਦਰ ਨੂੰ, ਜੋ ਕੁਛ ਉਹ ਕਹਿੰਦੇ ਹੁੰਦੇ ਸੀ। ਉਹਨੇ ਫਿਰ ਲਿਖ ਕੇ ਆਪਣੇ ਪੁੱਤਰ ਨੂੰ ਘੱਲਿਆ ਕਿ ਮੈਨੂੰ ਇਹ ਬੜੇ ਤੰਗ ਕਰਦੇ ਆ, ਉਹ ਫਲੇ ਵਗਦੇ ਸੀ ਸਾਡੇ ਪੈਰੀ ਦੇ ਨਾਲ ਹੀ ਪਏ ਸੀ ਜਿੱਥੇ ਫਲੇ ਵਗਦੇ ਸੀ, ਮੈਂ ਵੇਖਣ ਵੀ ਗਿਆ ਸਾਂ। ਉਹ ਫਿਰ ਚਾਰ ਜਾਣੇ, ਤਿੰਨ ਜਾਣੇ ਸੀ, ਤਿੰਨ ਉਹ ਸੀ ਅਤੇ ਚੌਥਾ ਮੇਰਾ ਪਿਓ, ਸਾਡੀ ਤਾਂ ਘੋੜੀ ਸੀ ਨਾ ਸਿਰਫ, ਉਹ ਜਿਸ ਵੇਲੇ ਆਇਆ ਅਤੇ ਉਹਨੇ ਫਿਰ ਚਾਰ ਬੰਦੇ ਮਾਰੇ ਆਪਣੇ ਸ਼ਰੀਕ ਜਿਹੜੇ ਸੀ, ਜਿਨ੍ਹਾਂ ਦੇ ਵਿੱਚੋਂ ਦੋ ਮਰ ਗਏ ਅਤੇ ਦੋ ਜ਼ਿੰਦਾ ਰਹਿ, ਉਹਨਾਂ ਨੂੰ ਫਾਇਰ ਫੂਡ ਲੱਗੇ, ਕਾਰਤੂਸ ਛੋਟਾ ਸੀ। ਉਹ ਫਿਰ ਪਰਚਾ ਜਿਸ ਵੇਲੇ ਉਹਨਾਂ ਮੁੰਡਿਆਂ ਦਾ ਜਿਹੜੇ ਨਾਂ ਸੀ ਉਹਨਾਂ ਦਾ ਵੀ ਹੋਇਆ ਅਤੇ ਮੇਰੇ ਪਿਓ ਦਾ ਵੀ ਹੋਇਆ, ਉਹ ਤਾਂ ਬੰਦੇ ਪਏ ਅਤੇ ਉਹਨਾਂ ਆਖਿਆ ਜੀ ਦੋਸਤ ਸੀ ਅਤੇ ਘੋੜੀ ਲੈ ਗਿਆ, ਇਹਦਾ ਦਖਲ ਅਮਲ ਤਾਂ ਹੈ ਕੋਈ ਨਹੀਂ, ਪਰਚੇ 'ਚੋਂ ਨਿਕਲ ਗਿਆ। ਲੇਕਿਨ ਪਰਚੇ 'ਚੋਂ ਨਿਕਲਿਆ ਕਾਹਦਾ, ਉਹ ਮੰਨ ਗਿਆ ਉਹਨੇ, ਆਹ ਮੈਂ ਇਕੱਲਾ ਅਤੇ ਇਕੱਲੇ ਨੇ ਮਾਰਿਆ,
साल बाद उस दाए मौत हो गया सी। अच्छा। वो फिर आया जिस वेले मिजे ते मां उहदी इधर बह गई, सारे घर दे रेजे रजाइयां तलाइयां ये वो सराने सब कुछ लिया के रख के बड़े सारे पलंग ते, बड़ा सोहना जवान सी ते उहदी मुछां एडियां 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 एडी मुछ सी, ते उहदी मां तां करे ते आखे बच्चा मुछ थले नूं क्यों जांदी, एडी बहादुर माई माला आया उस मेल च, गोरी निशो बड़ी जवान सी। वो फिर उत्थे बूहे दे अगे ही उहने फिर अपनी उहदी मड़ी बनाई सी। अच्छा। हाँ ते उत्थे सी ना उत्थों कलर छोर भी कढ़दे हुंदे सी उदों लोकां नूं पता नहीं की हुंदा हुंदा सी, ये उन्हां जमानियां दीआं गल्लां, हुण उह जमाने टुर गए हर गल टुर गई, ते इस करके उन्हां किसे दा ही नां लै उन्हां दी नसल चों जरूर मैनूं पहचान ते सकदे नहीं, उह ते आखणगे हाँ असीं फलाने दे प्यो हाँ, मैं ना लाँगा तो जेड़े कोई बाबा साढ़े वर्गा होएगा 60-70 साल का वो जरूर उन्होंने पता लग जू कि बाबे नूर मोहम्मद। बस मेरे नज़र में छोटे मुंडे होंगे कलसी जो अं पढ़ जाने कट्ठे आते होंगे सी, दोवां दे रेशम सिंह जिहड़ा मेरा क्लास फैलो सी, जिहड़ा तेजा सिंह है वह मेरे चाचे नाल कुश्ती लड़दा हुंदा सी, इस करके बड़ा ही सानू चेता है। तो होर इहदा टेकू सोहना समंदा, ये तीन तो साढ़े चाचे से ना, साढ़े प्यो तो छोटे से जरा, असं उन्होंने चाचा ही कहें स। अच्छा। तो वह भी हूँ टुर गए हो, मैं उत्थे जावगा तो घर भी लभ लाँगा। अच्छा। इंशाला उन्होंने घर भी लभ लाँगा, हूँ तो निकले अपना पहचान लोगे, अपना बड़ी मुश्किल हूँ इस तरह इसे खा खा आ कदों बेचारे पहचान गए, इतने उन्हें नहीं पहचानना, घर नहीं पहचानगा, लेकिन वो निशानियाँ है ना, ऐस बने तो एक दो डेढ़ किले तो ऐस बने सूआ जा रहा है, पांच छे किले तो उस बने सूआ जा रहा है, बिचकर साडा पिंड है, खूह की निशान का भी मैं अज भी मैं सारे घर का नक्शा बनाना हो सारे पिंड का घर का नक्शा बना लेना अपने पिंड, क्योंकि उदू मैं बालक सा निशान, वो हूँ चेता कि है कोई गल है साड़ी जम्मन पो है बड़ा, हाँ बड़ा माशाल्लाह दिल करता ते ये ते सिख आए सी इत्थे ननकाने ते इत्थे आए सी उस भाई घर अपना घर वेखण वास्ते, वो फिर उन्हें उत्थे बैठे सा उन्हें पुछया गिछया ये सारिया कलसिया जानना जोड़ा बड़ा कलसिया जोड़ा वो पेंड नहीं वो तो हैगा है कस्बा कस्बा वो जड़िया किले दिया द्वारा सी ना वो दो गाड़ी जी चौखड़े की उत्ते चढ़ उत्तों की पाँदे होंगे सी दाने जदों वो ठेका लेंदे सी ना जमींदारा को तो उत्तों की दाने पाँदे जदों उन्हें करण सिंह ने आना उदों खुलना उदों उन्हें विकनी है वो उस किले के बेच स्कूल से जिथे असी पढ़ते भाई लद्दू विच सानू एक बजुर्ग मिले सी जिन्हों का नाम तरसेम सिंह सी, तरसेम सिंह रेशम सिंह के पुत्र सन, मुहम्मद सादिक जी के दोस्त सन, जो कि वण तो पहला उन्होंने नाल ही पढ़ते सन, पर अफसोस की गल है कि हुण वो इस दुनिया च नहीं ने, और तरसेम सिंह अपने पिंड बारे आप दस रहे ने। मुसलमान ਨਹੀਂ ਹੁਣ ਇਸ ਟਾਈਮ 'ਤੇ ਪੁਰਾਣੀ ਜਗ੍ਹਾ ਨਹੀਂ ਹੋਏਗੀ ਨਾ ਕੋਈ ਮਸੀਤ ਨਹੀਂ ਹੁਣ ਇਸ ਟਾਈਮ 'ਤੇ ਕੋਈ ਨਹੀਂ ਹੈਗੀ ਨਾ ਮਸੀਤ ਨਹੀਂ ਕੋਈ ਨਹੀਂ ਹੈਗੀ ਅਤੇ
ਗੁਰਦੁਆਰਾ ਸਾਡਾ ਸਾਂਝਾ ਸੀ ਇਹਨਾਂ ਦੋਵਾਂ ਪਿੰਡਾਂ ਦਾ, ਉਹ ਇਹ ਦੁਬਾਰਾ ਬਣਿਆ, ਹੁਣ ਬਣਿਆ ਵਾ, ਉਦੋਂ ਨਹੀਂ ਹੈਗਾ, ਉਦੋਂ ਤਾਂ ਉੱਚਾ ਥੇ ਅਤੇ ਦੀਵਾ ਚਰਾਟ ਜੀ ਉਹਨਾਂ ਦੇ। ਹਾਂਜੀ, ਅਤੇ ਜਿਹੜੇ ਤੇਜਾ ਸਿੰਘ ਜੀ ਸੀ ਉਹਨਾਂ ਦੇ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਬਜ਼ੁਰਗ ਨੇ, ਹਾਂਜੀ ਹਾਂਜੀ, ਉਹਨਾਂ ਨੇ ਤੇਜਾ ਸਿੰਘ ਅਤੇ ਰੇਸ਼ਮ ਸਿੰਘ ਜੀ ਦਾ ਨਾਮ ਲਿਆ ਜੋ ਉਹਨਾਂ ਦੇ ਬੜੇ ਪੱਕੇ ਦੋਸਤੀ ਸਕੂਲ ਟਾਈਮ। ਹਾਂਜੀ ਹਾਂਜੀ, ਠੀਕ ਠੀਕ ਆ। ਹਾਂਜੀ, ਰੇਸ਼ਮ ਸਿੰਘ ਤਾਂ ਮੇਰਾ ਭਰਾ ਸੀ ਨਾ। ਹਾਂਜੀ, ਅਤੇ ਉਹਨਾਂ ਦੇ ਦੋਵੇਂ ਨੀਨਾ ਤੇਜਾ ਸਿੰਘ ਅਤੇ ਪਹਿਲਾਂ ਦਾ ਉਹਨਾਂ ਦੀ ਮੌਤ ਹੋ ਗਈ ਹੈ ਨਾ, ਅਤੇ ਮੇਰੇ ਬਾਪ ਦੀ ਵੀ ਪਹਿਲਾਂ ਦੀ ਹੋਈ। ਹਾਂਜੀ ਹਾਂਜੀ, ਇਹ ਮੇਰੇ ਫਾਦਰ ਸਾਹਿਬ ਆ ਜੀ। ਹਾਂਜੀ ਹਾਂਜੀ, ਇਹ ਸਰਦਾਰ ਰੇਸ਼ਮ ਸਿੰਘ। ਜਿਹੜੇ ਰੇਸ਼ਮ ਸਿੰਘ ਜੀ ਤੁਹਾਡੇ ਪਾਪਾ ਜੀ ਨੇ, ਹਾਂਜੀ, ਅਤੇ ਇਹਨਾਂ ਦੇ ਇੱਕ ਦੋਸਤ ਸੀ ਜੋ ਲਹਿੰਦੇ ਪੰਜਾਬ 'ਚ ਰਹਿੰਦੇ ਜੀ। ਹਾਂਜੀ ਹਾਂਜੀ, ਅਤੇ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਜੀ। ਅੱਛਾ ਜੀ, ਅਤੇ ਤੁਹਾਨੂੰ ਕੁਛ ਪਤਾ ਉਹਨਾਂ ਬਜ਼ੁਰਗਾਂ ਬਾਰੇ? ਮੈਨੂੰ ਨਹੀਂ, ਮੈਨੂੰ ਪਤਾ ਨਹੀਂ ਗਾ, ਜਿਹੜੇ ਨਾ ਹੋਰ ਸਾਡੇ ਲੱਗੋ ਰਹਿੰਦੇ ਨਾ ਉਹਨਾਂ ਬਾਰੇ ਤਾਂ ਮੈਨੂੰ ਪਤਾ ਨਾ, ਤਿੰਨੀ ਚੌਂ ਪਿੰਡ ਰਹਿੰਦੇ ਆ। ਉਹਨਾਂ ਦਾ ਨਾਮ ਕੁਛ ਪਤਾ ਹੈ? ਨਹੀਂ, ਨਾਂ ਦੇ ਨੇ ਗੇਲ ਵੱਜਦੇ ਨੇ, ਸੰਧੂ ਵੱਜਦੇ ਨੇ, ਗਰੀਨਕੋਟ ਰਹਿੰਦੇ ਨੇ। ਹਾਂਜੀ, ਅਤੇ ਇੱਕ ਹੈਗਾ ਬਦਨਾ ਪਿੰਡ ਆ ਅਤੇ ਸਰੈਚ ਪਿੰਡ ਰਹਿੰਦੇ, ਉਹਨਾਂ ਦਾ ਤਾਂ ਮੈਨੂੰ ਜਾਣਦਾ ਵਾ। ਹਾਂਜੀ ਹਾਂਜੀ, ਨਹੀਂ ਕੋਈ ਜਿਵੇਂ ਤੁਹਾਡੇ ਪਾਕਿਸਤਾਨ 'ਚ ਕੋਈ ਦੋਸਤ ਰਹਿੰਦਾ ਹੋਵੇ ਜੀ, ਹੋ ਕੇ ਆਇਓ ਕਦੇ? ਹਾਂਜੀ, ਉਹ ਮੈਂ ਜਾਂਦਾ ਰਹਿੰਦਾ ਵਾ ਆਪਣਾ ਸਰੈਚ ਪਿੰਡ, ਉੱਥੇ ਮੈਂ ਰਾਤ ਵੀ ਰਹਿੰਦਾ ਜਾਂਦਾ ਹੁੰਦਾ। ਹਾਂਜੀ, ਅੱਛਾ, ਉੱਥੇ ਕੌਣ ਰਹਿੰਦਾ ਤੁਹਾਡਾ? ਉਹ ਨਾ ਸਾਡੇ ਇਸ ਤਰ੍ਹਾਂ ਵਾ ਵੀ ਇਹੋ ਹੀ ਅਮਿਤਰਾ ਹੀ ਗਏ ਜਿਹੜੇ ਕਿ ਬੱਧੂ ਦੇ ਗਏ ਨੇ। ਹਾਂਜੀ ਹਾਂਜੀ ਹਾਂ, ਉਹ ਆ, ਅਤੇ ਉੱਥੇ ਸੁਰਸੰਗ ਦੇ ਬੈਠੇ ਨੇ ਘਰ, ਜਿਨ੍ਹਾਂ ਦੇ ਆਪਾਂ ਜ਼ਿਆਦਾ ਜਾਂਦਾ ਮੈਂ ਜਿਨ੍ਹਾਂ ਦੇ। ਹਾਂਜੀ ਹਾਂਜੀ, ਮੈਨੂੰ ਇਹ ਤਾਂ ਪਤਾ ਹੁੰਦਾ ਨਾ ਵੀ ਤੁਹਾਡਾ ਪਹਿਲਾਂ ਆਉਂਦਾ, ਤੁਹਾਡੇ ਕੋਲ ਜ਼ਰੂਰ ਹੀ ਮੈਂ ਆਉਂਦਾ, ਅਤੇ ਮੈਂ ਸਰੈਚ ਪਿੰਡ ਵੀ ਗਿਆ, ਉੱਥੇ ਲੱਦੂ ਦੇ ਰਹਿੰਦੇ ਨੇ, ਅਤੇ ਇੱਕ ਗਰੀਨਕੋਟ ਪਿੰਡ ਆ ਉੱਥੇ ਆ ਉਹ ਸੰਧੂ ਵੱਜਦੇ ਨੇ। ਹਾਂਜੀ, ਅਤੇ ਇੱਕ ਬਦਨਾ ਪਿੰਡ ਆ ਉੱਥੇ ਉਹ ਗੇਲ ਵੱਜਦੇ ਨੇ। ਹਾਂਜੀ, ਅਤੇ ਮੈਨੂੰ ਤੁਹਾਡਾ ਪਤਾ ਹੁੰਦਾ ਅਤੇ ਤੁਹਾਡੇ ਕੋਲ ਜ਼ਰੂਰ ਹੀ ਮੈਂ ਮਿਲ ਕੇ ਆਉਂਦਾ। ਹਾਂਜੀ, ਅਤੇ ਇੱਥੇ ਜਿਹੜਾ ਨਾ ਬਦਨਾ ਪਿੰਡ ਦਾ ਬਜ਼ੁਰਗ ਨੇ ਗਿੱਲ ਨੇ, ਉਹਨਾਂ ਦੇ ਬਜ਼ੁਰਗ ਨਾਲ ਮੇਰੀ ਗੱਲ ਹੋਈ, ਉਹ ਵੀ ਜਾਣਦੇ ਸੀ ਮੇਰੇ ਬਾਪ ਨੂੰ, ਉਹਨਾਂ ਨੇ ਗੱਲ ਕੀਤੀ, ਪਤਾ ਨਹੀਂ ਵੀ ਉਹ ਵੀ ਉਦੋਂ ਇਕੱਠੇ ਰਹਿੰਦੇ ਸੀ। ਹਾਂਜੀ, ਅਤੇ ਇਹ ਗੱਲ ਤਾਂ ਪਤਾ ਨਹੀਂ, ਸਾਡਾ ਬਾਗ ਹੁੰਦਾ ਸੀ, ਉਹ ਦੱਸਦੇ ਸੀ ਬਾਗ ਸੀ ਤੁਹਾਡਾ, ਇੱਦਾਂ ਸਾਰੀਆਂ ਗੱਲਾਂ ਦੱਸੀਆਂ ਉਹਨੇ ਮੈਨੂੰ ਪਿਛਲੀਆਂ ਸਾਰੀਆਂ। ਹਾਂਜੀ ਹਾਂ, ਹੁਣ ਇੰਨਾ ਵੀ ਅਸੀਂ ਹੁਣ ਘਰ ਬਦਲ ਲਿਆ ਵਾ, ਪਹਿਲੇ ਘਰ ਤੋਂ ਥੋੜ੍ਹਾ ਜਿਹਾ ਗਾਂਹ ਆਣ ਕੇ ਮਕਾਨ ਪਾਏ ਆ। ਹਾਂਜੀ, ਅਤੇ ਉਹ ਹੁਣ ਛੋਟੀ ਜਾਤੀ ਦੇ ਜਿਹੜੇ ਨਾ ਉਹ ਰਹਿੰਦੇ ਨੇ। ਹਾਂਜੀ, ਜਿਹੜੇ ਤੁਹਾਡੇ ਆਪਣਾ ਫਾਦਰ ਸਾਹਿਬ ਦੇ ਦੋਸਤ ਨੇ, ਰੇਸ਼ਮ ਸਿੰਘ ਜੀ ਦੇ ਦੋਸਤ ਜੀ, ਲਹਿੰਦੇ ਪੰਜਾਬ 'ਚ ਰਹਿੰਦੇ ਆ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਤੁਸੀਂ ਇੱਕ ਵਾਰ ਜ਼ਰੂਰ ਬਹੁਤ ਯਾਦ ਕਰਦੇ ਰੇਸ਼ਮ ਸਿੰਘ ਜੀ ਦੋ ਨਾਮ ਜ਼ਰੂਰ, ਅਤੇ ਆਪਣਾ ਉਹਨਾਂ ਦੇ ਕਹਿੰਦੇ ਇੱਕ ਬੱਚੇ ਹੋਣਗੇ, ਪਛਾਣ ਨਾ ਪਾਣ, ਚਲੋ ਇੱਕ ਉਹਨਾਂ ਦੇ ਬੱਚਿਆਂ ਨੂੰ ਵੀ ਮਿਲਦੀ ਹੈ। ਜ਼ਰੂਰ ਜ਼ਰੂਰ, ਇਹ ਜੇ ਉਹਨਾਂ ਨੂੰ ਮਿਲ ਲਿਆ ਤਾਂ ਸਮਝੋ ਸਾਨੂੰ ਬਾਪ ਵੀ ਚੇਤੇ ਆ ਜੂ, ਇੰਨੇ ਨਾਲ ਸਾਨੂੰ ਪਤਾ ਲੱਗ ਗਿਆ ਸਾਡੇ ਬਾਪ ਦਾ ਇਹ ਪਿਛਲਾ ਯਾਰ ਬੇਲੀ ਆ, ਹੈ ਮਿੱਤਰ ਆ। ਹਾਂਜੀ, ਸਾਨੂੰ ਬਹੁਤ ਖੁਸ਼ੀ ਹੋਈ ਆ ਜਦੋਂ ਦੱਸਿਆ ਤੁਹਾਨੂੰ। ਹੈ ਹਾਂਜੀ, ਬਹੁਤ ਵਧੀਆ ਆ, ਜਾਵਾਂਗੇ ਜ਼ਰੂਰ ਮਿਲ ਕੇ ਆਵਾਂਗੇ, ਉੱਤਰ ਜਾਂਦੇ ਰਹੀਦਾ ਵਾ, ਅਲੱਗ ਹੋ ਗਿਆ ਰਹੀਦਾ ਵਾ, ਇਹਨਾਂ ਦਾ ਪਤਾ ਨਹੀਂ ਸੀ। ਹਾਂਜੀ, ਅਤੇ ਜ਼ਰੂਰ ਹੀ ਹੋ ਕੇ ਆਵਾਂਗੇ। ਹਾਂਜੀ, ਆਹ ਨਾ ਸਾਡਾ ਪਿੰਡ ਦਾ ਗੁਰਦੁਆਰਾ ਹੁਣ ਤਾਂ ਨਵਾਂ ਬਣ ਗਿਆ, ਪਹਿਲੋਂ ਵੀ ਦੂਜਾ ਸੀ ਬਾਲਿਆਂ 'ਤੇ, ਇਹਦੇ ਅਗਲੇ ਬੰਨੇ। ਹਾਂਜੀ, ਉਹ ਉੱਥੇ ਨਾ ਹੁੰਦਾ ਜਿੱਥੇ ਘਾਹ ਵਾ, ਉੱਥੇ ਹੀ ਖੂਹ ਹੁੰਦਾ ਪੁਰਾਣਾ, ਹੁਣ ਇਹ ਪੂਰ ਘੱਤਿਆ ਵਾ, ਵੀ ਅੱਗੇ ਇੱਕ ਦੋ ਨਿਸ਼ਕਾਨ ਹੋਏ ਕਰਕੇ ਨਾ ਡਿੱਗੇ ਵਿੱਚ, ਅਤੇ ਇਸ ਕਰਕੇ ਮਿੱਟੀ ਪਾ ਕੇ ਉੱਥੋਂ ਪੂਰ ਘੱਤਿਆ ਅਤੇ ਸਾਰਾ ਸਫਾ ਕਰਤਾ, ਵਧੀਆ ਕਰਤਾ। ਹਾਂਜੀ, ਅਤੇ ਉਹ ਪੁਰਾਣਾ ਖੂਹ ਚੱਲਦਾ ਤਾਂ ਹੈ ਨਹੀਂ, ਅਤੇ ਇਸ ਕਰਕੇ ਫਿਰ ਪਿੰਡ ਨੇ ਸਾਰਿਆਂ ਨੇ ਰਾਏ ਕਰਕੇ ਇਹਦੇ ਪੂਰ ਘੱਤਿਆ। ਹਾਂਜੀ ਹਾਂਜੀ ਹਾਂਜੀ, ਆਹ ਸਾਡਾ ਨਾ ਆਪਣਾ ਰੇਸ਼ਮ ਸਿੰਘ ਪੂਨਮ ਸਿੰਘ ਜਿਹੜਾ ਹੈ ਨਾ ਸਾਡਾ ਬਾਗ, ਇਹਨਾਂ ਦਾ ਬਾਗ ਹੁੰਦਾ ਸੀ ਆਹ, ਆਹ ਜਿਹੜੀ ਜਗ੍ਹਾ ਇਹ ਸਾਡੇ ਨਾ ਪੜਦਾਦੇ ਦੀ ਲਾਭ ਸਿੰਘ ਦੀ ਆ। ਹਾਂਜੀ, ਅਤੇ ਆਹ ਜਾਮ ਨੂੰ ਨਿਸ਼ਾਨੀ ਸਿਰਫ ਇੱਕ ਰਹਿ ਗਈ ਆ, ਬਾਕੀ ਸਾਰੇ ਰੁੱਖ ਰੱਖ ਸਭ ਪੁੱਟੇ ਗਏ ਆ। ਹਾਂਜੀ, ਅਤੇ ਇੱਥੇ ਟੋਟਲ ਸਾਰਾ 1.5-2 ਕਿੱਲੇ ਥਾਂ ਬਾਗ ਹੁੰਦਾ ਸੀ, ਬਹੁਤ ਪੁਰਾਣਾ। ਹਾਂਜੀ, ਅਤੇ ਹੁਣ ਨਹੀਂ ਕੋਈ ਪੁਰਾਣੀ, ਇਹੋ ਇਕੱਲਾ ਜਾਮ ਨੂੰ ਰਹਿ ਗਿਆ, ਉਹ ਜਗ੍ਹਾ ਇੱਕ ਪੁਰਾਣੀ ਆ, ਬਸ ਹੋਰ ਕੋਈ ਨਹੀਂ ਗੱਲ, ਆਹ ਸਾਡੇ ਪੜਦਾਦੇ ਦੀ ਆ। ਹਾਂਜੀ ਜਗ੍ਹਾ ਸਾਡੇ ਪੜਦਾਦੇ ਦੀ ਆ। ਹਾਂਜੀ, ਜੋ ਰੇਸ਼ਮ ਸਿੰਘ ਸੀ ਨਾ ਉਹਨਾਂ ਦਾ ਦਾਦਾ ਸੀ ਲਾਭ ਸਿੰਘ, ਬਾਪੂ ਲਾਭ ਸਿੰਘ ਦੀ, ਅਤੇ ਬਾਗ ਦੇ ਵਿੱਚੋਂ ਨਾ ਸਾਡਾ ਇੱਕੋ ਜਾਮ ਨੂੰ ਰਹਿ ਗਿਆ ਵਾ, ਅਤੇ ਬਾਗ ਬਹੁਤ ਜ਼ਿਆਦਾ ਇੱਥੇ ਹੁੰਦਾ ਸੀ, ਅਤੇ ਉਹਦੀ ਨਿਸ਼ਾਨੀ ਸਿਰਫ ਇੱਕੋ ਰਹਿ ਗਈ ਆ। ਹਾਂਜੀ, ਇਕੱਲਾ ਜਾਮ ਨੂੰ ਰਹਿ ਗਿਆ ਵਾ, ਬਾਕੀ ਸਭ ਪੁੱਟ ਪੱਟ ਘੱਤੇ ਆ। ਹਾਂਜੀ, ਅਤੇ ਇਹ ਸਾਡੇ ਜਗ੍ਹਾ ਜਿਹੜੀ ਬਾਪੂ ਦੀ ਆ। ਹਾਂਜੀ, ਲਾਭ ਸਿੰਘ ਦੀ।